ਕੋਈ ਵੀ ਬੰਦਾ ਗ੍ਰੇਟ ਨਹੀਂ ਹੁੰਦਾ, ਬਸ ਉਹਨੂੰ ਆਪਾਂ ਗ੍ਰੇਟ ਬਣਾ ਦਿੰਦੇ ਹਾਂ। ਸ਼ੇਕਸਪੀਅਰ ਦੀ ਇਹ ਵਰਡਿੰਗ ਹੈ ਜੋ ਮੈਂ ਤੁਹਾਡੇ ਸਾਹਮਣੇ ਬਿਆਨ ਕੀਤੀ ਹੈ। ਹਿੰਦੁਸਤਾਨ ਦਾ ਜਿਹੜਾ ਪਹਿਲਾ ਅਰਜਨਾਵਾੜੀ ਸੀਗਾ ਇਹ ਗੁਰਬਚਨ ਸਿੰਘ ਰੰਧਾਵਾ ਸੀਗਾ। ਅਰਜਨਾ ਅਵਾਰਡ ਵਿਨਰ ਸੀ ਗੁਰਬਚਨ ਸਿੰਘ ਰੰਧਾਵਾ, ਤੇ ਇਹ ਬੜਾ ਗ੍ਰੇਟ ਅਥਲੀਟ ਸੀਗਾ ਨੀ, ਮੈਨੂੰ ਲੱਗਦਾ ਡੈਕਾ ਚਲਾਉਣ ਦੇ ਵਿੱਚ ਸੀਗਾ। ਡੈਕਾ ਚਲਾਉਣ ਕੀ ਹੁੰਦਾ ਹੈ, ਜਿਵੇਂ ਸਾਡੇ ਕੋਲ ਅਥਲੈਟਿਕਸ ਦੇ ਅਲੱਗ ਅਲੱਗ ਹਿੱਸੇ ਹੁੰਦੇ ਆ, 100 ਮੀਟਰ ਰੇਸ ਹੋ ਗਈ, 200 ਮੀਟਰ ਰੇਸ ਹੋ ਗਈ, 400 ਮੀਟਰ ਹੋ ਗਈ, ਫਿਰ ਇਸ ਤਰ੍ਹਾਂ ਕਰਕੇ 800 ਮੀਟਰ ਆ ਜਾਂਦੀ ਹੈ, ਤੋ ਫਿਰ ਲੌਂਗ ਜੰਪ ਆ ਗਿਆ, ਠੀਕ ਹੈ ਜੀ, ਹਾਈ ਜੰਪ ਆ ਗਿਆ, ਤੋ ਇਸੇ ਤਰ੍ਹਾਂ ਦੇ ਹੋਰ ਕਈ ਨਾ ਅਥਲੈਟਿਕਸ ਦੇ 10 ਇਵੈਂਟ ਨੂੰ ਇਕੱਠੇ ਕਰਕੇ ਫਿਰ ਅਵਾਰਡ ਦਿੱਤਾ ਜਾਂਦਾ, ਉਹਨੂੰ ਡੈਕਾ ਚਲਾਉਣ ਕਹਿੰਦੇ ਆ। ਹੈਪਟਾ ਚਲਾਉਣ 'ਚ 16 ਇਵੈਂਟ ਇਕੱਠੇ ਹੁੰਦੇ ਆ। ਤੋ ਗੁਰਬਚਨ ਸਿੰਘ ਹੈ ਕੌਣ ਸੀ? ਗੁਰਬਚਨ ਸਿੰਘ ਰੰਧਾਵਾ ਉਸੇ ਓਲੰਪਿਕਸ ਗੇਮ ਦੇ ਵਿੱਚ ਕੰਪੀਟ ਕੀਤਾ ਸੀ ਜਿਸ ਓਲੰਪਿਕ ਗੇਮ ਦੇ ਵਿੱਚ ਗ੍ਰੇਟ ਮਿਲਖਾ ਸਿੰਘ ਕੰਪੀਟ ਕੀਤਾ ਸੀ। ਗੁਰਬਚਨ ਸਿੰਘ ਰੰਧਾਵਾ ਉਸੇ ਓਲੰਪਿਕਸ ਕੰਪੀਟ ਕੀਤਾ ਸੀ ਜਿਹਦੇ ਚ ਮਿਲਖਾ ਸਿੰਘ ਕੰਪੀਟ ਕੀਤਾ ਸੀ। ਮੈਂ ਮਿਲਖਾ ਸਿੰਘ ਦੇ 2 ਨੈਗੇਟਿਵ ਪੁਆਇੰਟ ਵੀ ਦੱਸਣੇ ਆ ਤੁਹਾਨੂੰ। ਤੋਂ ਪਹਿਲਾਂ ਮੈਂ, ਚਲੋ, ਗੁਰਬਚਨ ਸਿੰਘ ਰੰਧਾਵਾ ਜਿਹੜਾ ਸੀਗਾ ਫਸਟ ਅਰਜਨਾਵਾੜੀ ਅਥਲੀਟ ਸੀਗਾ। ਸਕਰੀਨ ਸ਼ੇਅਰ ਹੋ ਗਈ? ਹਾਂਜੀ, ਸਕਰੀਨ ਸ਼ੇਅਰ ਹੋ ਗਈ। ਹਾਂਜੀ ਸਰ, ਬਾਇਓਗ੍ਰਾਫੀ ਆਫ ਫਸਟ ਅਰਜਨਾਵਾੜੀ ਓਲੰਪੀਅਨ ਇਹ ਰਿਲੀਜ਼ ਹੋਈ ਹੈ, ਔਰ ਇਹ ਸਾਡੇ ਕੋਲ ਗੁਰਬਚਨ ਸਿੰਘ ਰੰਧਾਵਾ ਸੀ। ਗੁਰਬਚਨ ਸਿੰਘ ਰੰਧਾਵਾ ਤੋਂ ਇਹ ਵੀ ਬੜਾ ਗ੍ਰੇਟ ਅਥਲੀਟ ਸੀਗਾ। ਇਹ ਉਸੇ ਓਲੰਪਿਕ ਗੇਮ ਦੇ ਵਿੱਚ ਕੰਪੀਟ ਕੀਤਾ ਸੀ 1964 ਦੇ ਵਿੱਚ, ਜਿਸ ਓਲੰਪਿਕ, ਇਹਨੇ ਟੋਕਿਓ ਗਲਤ ਲਿਖਿਆ ਯਾਰ, ਰੋਮ ਓਲੰਪਿਕ ਸੀ, ਕ੍ਰਾਸ ਚੈੱਕ ਕਰੋ, ਇਹਨੇ ਗਲਤ ਲਿਖਿਆ ਹੋਇਆ। 1964 ਚ ਰੋਮ ਦੇ ਵਿੱਚ ਓਲੰਪਿਕ ਸੀ, ਜਰਾ ਪਲੀਜ਼ ਇਹਨੂੰ ਕ੍ਰਾਸ ਚੈੱਕ ਕਰੋ। ਤੇ ਉਹਦੇ ਚ ਮਿਲਖਾ ਸਿੰਘ ਭੱਜਿਆ ਸੀ, ਮਿਲਖਾ ਸਿੰਘ ਤੋਂ ਹਾਂਜੀ ਬੈਸਟ ਐਥਲੀਟ ਐਟ ਦ ਏਸ਼ੀਅਨ ਗੇਮਸ ਐਂਡ ਅਚੀਵਡ 4 ਨੈਸ਼ਨਲ ਰਿਕਾਰਡ ਵਿਦ ਇਨ 2 ਡੇਸ। ਇਹਨੂੰ ਏਸ਼ੀਅਨ ਗੇਮਸ ਦਾ ਬੈਸਟ ਅਥਲੀਟ ਮੰਨਿਆ ਜਾਂਦਾ ਹੈ। ਤੋ ਇਹ ਜਿਹੜਾ ਸੀਗਾ ਇਹ 200 ਦਾ ਮੈਡਲ ਵੀ ਲੈ ਕੇ ਆ ਸਕਦਾ ਸੀ ਆਪਣਾ ਓਲੰਪਿਕਸ ਦੇ ਵਿੱਚ, ਇਹਦੀ ਤੇ ਉਹਦੀ ਟਾਈਮਿੰਗ ਦਾ ਕੋਈ ਬਹੁਤ ਫਰਕ ਨਹੀਂ ਸੀਗਾ। ਤੋ ਇਹ ਥੋੜਾ ਜਿਹਾ ਉਸ ਵੇਲੇ ਆਪਣੇ ਜਿਵੇਂ ਸੀਗਾ ਇੰਡੀਵਿਜੁਅਲ ਵੀਕਨੈਸਿਸ ਬੰਦਿਆਂ ਨੂੰ ਮਾਰ ਦਿੰਦੀਆਂ ਨੇ। ਤੋ ਸਪੋਰਟਿੰਗ ਲਾਈਫ ਆਫ ਦ ਲੀਜੈਂਡਰੀ ਫਸਟ ਰਜਨਾਵਾੜੀ ਗੁਰਬਚਨ ਸਿੰਘ ਰੰਧਾਵਾ ਹੂ ਮੇਡ ਦ ਕੰਟਰੀ ਸ਼ਾਈਨ, ਇਹ ਮਤਲਬ ਕਿ ਇੰਟਰਨੈਸ਼ਨਲ ਅਰੀਨਾ ਦੇ ਵਿੱਚ ਇਹਨਾਂ ਦਾ ਬੜਾ ਰਾਈਜ਼ ਹੋਇਆ ਸੀ। ਤੇ ਇਹ ਜਿਹੜਾ ਪ੍ਰਗਟ ਸਿੰਘ ਨੇ ਸਾਨੂੰ ਸਟੇਟਮੈਂਟ ਦਿੱਤੀ ਆ, ਤੇ ਉੱਡਣਾਬਾਜ ਦਾ ਇਹਨਾਂ ਨੂੰ ਟਾਈਟਲ ਮਿਲਿਆ ਸੀਗਾ, ਉੱਡਣਾਬਾਜ ਦ ਬਾਇਓਗ੍ਰਾਫੀ ਆਫ ਓਲੰਪਿਕ ਓਲੰਪੀਅਨ ਗੁਰਬਚਨ ਸਿੰਘ ਰੰਧਾਵਾ, ਇਹ ਨਵਦੀਪ ਸਿੰਘ ਗਿੱਲ ਨੇ ਲਿਖੀ ਆ। ਤੋ ਪ੍ਰਗਟ ਸਿੰਘ ਜਿਹੜਾ ਸੀਗਾ ਇਹਨੇ ਕਿਹਾ ਸੀ ਰੰਧਾਵਾ ਜਿਹੜਾ ਸੀਗਾ ਓਲੰਪਿਕਸ ਦੇ ਫਾਈਨਲ ਚ ਪਹੁੰਚ ਗਿਆ ਸੀ, ਤੇ ਏਸ਼ੀਆ ਦੇ ਜਿਹੜਾ ਬੈਸਟ ਅਥਲੀਟ ਮੰਨਿਆ ਜਾਂਦਾ ਸੀ, ਤੇ 4 ਇਹਨੇ ਜਿਹੜੇ ਨੈਸ਼ਨਲ ਰਿਕਾਰਡ ਸੀਗੇ ਜਿਹੜੇ 2 ਦਿਨਾਂ ਦੇ ਵਿੱਚ ਇਹਨੇ ਬ੍ਰੇਕ ਕਰਤੇ ਸੀ। ਤੋ ਟੋਕਿਓ ਦੀ ਓਲੰਪਿਕ ਦੇ ਵਿੱਚ ਇਹ ਸਾਡੇ ਕੋਲ ਜਿਹੜਾ ਸੀਗਾ ਫਲੈਗ ਬੀਅਰਰ ਸੀਗਾ। ਤੋ ਵੇਅਰ ਹੀ ਬੈਗਡ 5th ਪੋਜੀਸ਼ਨ ਇਨ 100 ਮੀਟਰ ਹਰਡਲ, ਸਭ ਤੋਂ ਔਖੀ ਰੇਸ ਹੁੰਦੀ ਹੈ ਇਹਦੇ ਚ। ਹਰਡਲ ਇੱਕ ਇਹੋ ਜਿਹੀ ਚੀਜ਼ ਹੁੰਦੀ ਹੈ ਜੇ ਤੁਸੀਂ ਜਾਂਦੇ ਜਾਂਦੇ ਤੁਹਾਡਾ ਪੈਰ ਲੱਗ ਜਾਏ, ਹਰਡਲ ਤੁਹਾਡੇ ਗਲ ਚ ਪੈ ਜਾਂਦੀ ਹੈ। ਤੋ ਹੀ ਵਨ ਗੋਲਡ ਇਨ 1962 ਜਕਾਰਤਾ ਏਸ਼ੀਆਡ ਇਨ ਡੈਕਾਥਲੋਨ ਬਿਸਾਈਡਸ ਦ ਬੈਸਟ ਐਥਲੀਟ ਟਾਈਟਲ, ਹੀ ਵਾਸ ਬੈਸਟੋਵਡ ਅਰਜਨਾਵਾਰਡ ਇਨ 1961 ਐਂਡ ਪਦਮ ਸ਼੍ਰੀ ਇਨ 2005। ਸੁਪਰੈਨੂਏਟਿੰਗ ਐਸ ਕਮਾਂਡੈਂਟ ਫਰੋਮ CRPF ਤੋਂ ਇਹ ਰਿਟਾਇਰ ਹੋਏ। ਅਰਜਨਾਵਾਰਡ ਰੰਧਾਵਾ ਵਾਸ ਅਵਾਰਡਿਡ ਰਾਸ਼ਟਰਪਤੀ ਪੁਰਸਕਾਰ ਫਾਰ ਹਿਸ ਮੈਰੀਟੋਰੀਅਸ ਸਰਵਿਸਿਸ ਇਨ ਦ ਪੁਲਿਸ ਅਪਾਰਟ ਫਰੋਮ ਆਨਰੇਰੀ PhD ਫਰੋਮ ਐਜ਼ ਏ ਸਪੋਰਟਸ ਐਡਵਾਈਜ਼ਰਸ ਟੂ ਪੰਜਾਬੀ ਯੂਨੀਵਰਸਿਟੀ ਪਟਿਆਲਾ। ਫਾਰਮਰ DGP ਰਾਜਦੀਪ ਗਿੱਲ ਪ੍ਰੇਸ ਰੰਧਾਵਾ ਰੰਧਾਵੇ ਜਿਹਨਾਂ ਨੇ ਬੜੀ ਪ੍ਰੇਸ ਕੀਤੀ। ਤੋ ਹੀ ਸੈਡ ਦ ਇੰਡੀਅਨ ਐਥਲੀਟਸ ਡਰਾਈਵ ਦਰ ਇੰਸਪੀਰੇਸ਼ਨ ਆਫ ਕੰਕਰਿੰਗ ਮਾਈਲਸਟੋਨਸ ਐਟ ਦ ਵਰਲਡ ਲੈਵਲ ਫਰੋਮ ਹਿਮ। ਤੋ ਪ੍ਰੋਫੈਸਰ ਗੁਰਬਚਨ ਸਿੰਘ ਗਿੱਲ ਸੈਟ ਰੰਧਾਵਾ ਡੈਜ਼ਰਟ ਦ ਸਪੋਰਟਿੰਗ ਸੀਨ ਐਂਡ ਬੈਸਟੋਡ ਦ ਅਥਲੈਟਿਕਸ ਲਾਈਕ ਕੋਲੋਸਸ ਹੂ ਲੈਫਟ ਇਨ ਡੈਲੀਬਲ ਫੁੱਟ ਪ੍ਰਿੰਟਸ ਔਨ ਦ ਸੈਂਡਸ ਆਫ ਦ ਟਾਈਮ ਕਮਿੰਗ ਫਰੋਮ ਏ ਨਾਨ ਡਿਸਕ੍ਰਿਪਟ ਵਿਲੇਜ ਆਫ ਨੰਗਲੀ
and caused a sensation in 1964 Tokyo Olympics. This book is not just about the chronicles of his sporting achievement, but an important document of the national sports history. Jira saade kole Milkha Singh siga ਇਹ ਦੋ ਰੇਸਿਸ ਦੇ ਲਈ ਕੁਆਲੀਫਾਈ ਕਰ ਗਿਆ ਸੀ ਇੰਡੀਆ ਦੇ ਵੱਲੋਂ ਰੋਮ ਓਲੰਪਿਕਸ 1960 ਚ ਹੋਈ ਸੀ ਮੈਂ ਥੋੜਾ ਇਹਨੂੰ 64 ਨੂੰ ਰੋਮ ਓਲੰਪਿਕਸ ਨਾਲ ਕਨਫਿਊਜ਼ ਕਰ ਰਿਹਾ ਸੀ ਮੈਂ ਹੁਣ ਇੱਥੇ ਤੁਹਾਨੂੰ ਇੱਕ ਫੈਕਟ ਦੱਸਣਾ ਜਿਹੜਾ ਬਹੁਤ ਦੁਖਦਾਈ ਫੈਕਟ ਹੈ 1960 ਦੇ ਵਿੱਚ ਮਿਲਖਾ ਸਿੰਘ ਨੇ 200 ਮੀਟਰ ਵੀ ਰਿਪ੍ਰੈਜੈਂਟ ਕਹਿੰਦਾ ਮੈਂ ਕਰੂੰਗਾ ਤੇ 400 ਮੀਟਰ ਵੀ ਕਹਿੰਦਾ ਮੈਂ ਕਰੂੰਗਾ ਇਹਦੇ ਪਿੱਛੇ ਹੁਸ਼ਿਆਰਪੁਰ ਦਾ ਇੱਕ ਅਥਲੀਟ ਸੀ ਮੱਖਣ ਸਿੰਘ ਪਾਰਲੀਮੈਂਟ ਚ ਇਹਦੇ ਬਾਰੇ ਕੁਐਸਚਨ ਰੇਜ਼ ਹੋਇਆ ਸੀ ਮੱਖਣ ਸਿੰਘ ਇਹਨੂੰ ਹਰਾ ਦਿੰਦਾ ਸੀ ਇੱਕ ਵਾਰੀ ਨੈਸ਼ਨਲ ਗੇਮ ਚ ਮੱਖਣ ਸਿੰਘ ਨੇ ਮਿਲਖਾ ਸਿੰਘ ਨੂੰ ਹਰਾਇਆ ਇਹ ਮੱਖਣ ਸਿੰਘ ਇਹ ਕੀ ਸੀਗਾ ਜਦੋਂ ਉੱਥੇ ਓਲੰਪਿਕਸ ਦੇ ਵਿੱਚ ਗਏ ਹਿੰਦੁਸਤਾਨ ਵੱਲੋਂ ਤਾਂ ਉਹਨੇ ਦੋ ਰੇਸਾਂ ਚੁਣ ਲਿਆ ਮਿਲਖਾ ਸਿੰਘ ਨੇ 200 ਮੀਟਰ ਤੇ 400 ਮੀਟਰ ਜਦੋਂ ਉੱਥੇ ਗਿਆ ਤਾਂ ਕਹਿੰਦਾ ਮੈਂ 200 ਮੀਟਰ ਨਹੀਂ ਲੜਨੀ ਮੈਂ ਇਕੱਲੀ 400 ਮੀਟਰ ਲੜੂੰਗਾ ਜੇ 400 ਮੀਟਰ ਪਹਿਲਾਂ ਕਹਿ ਦਿੰਦਾ ਤਾਂ ਮੱਖਣ ਸਿੰਘ 200 ਮੀਟਰ ਚ ਜਾ ਸਕਦਾ ਸੀ ਮੱਖਣ ਸਿੰਘ ਦਾ ਬਾਅਦ ਚ ਬੜੀ ਦੁਖਾਂਤ ਦੇ ਨਾਲ ਅੰਤ ਹੋਇਆ ਇਹ ਬਾਅਦ ਚ ਵਿਚਾਰਾ ਟਰੱਕ ਚਲਾਉਂਦਾ ਰਿਹਾ ਤੇ ਇਹ ਬੰਬੇ ਤੱਕ ਟਰੱਕ ਲੈ ਕੇ ਜਾਂਦਾ ਸੀ ਕਿਤੇ ਐਕਸੀਡੈਂਟ ਹੋ ਗਿਆ ਇਹਦੀਆਂ ਲੱਤਾਂ ਵੱਢੀਆਂ ਗਈਆਂ ਤੇ ਇਹ ਇਹਦੇ ਬਾਰੇ ਪਾਰਲੀਮੈਂਟ ਚ ਵੀ ਕੁਐਸਚਨ ਰੇਜ਼ ਹੋਇਆ ਸੀ ਤੋ ਇਹ ਜਿਹੜਾ ਮਿਲਖਾ ਸਿੰਘ ਸੀ ਨਾ ਇਹ 200 ਮੀਟਰ ਜੇ ਕਿਤੇ 400 ਮੀਟਰ ਪਹਿਲਾਂ ਚੂਜ਼ ਕਰ ਲੈਂਦਾ ਜਿਹੜੇ ਉਸ ਵੇਲੇ ਅਥਲੈਟਿਕਸ ਦੇ ਮਾਹਰ ਨੇ ਉਹ ਇਹ ਗੱਲ ਕਹਿੰਦੇ ਸੀ ਮੱਖਣ ਸਿੰਘ 200 ਮੀਟਰ ਕੁਝ ਲਿਆ ਸਕਦਾ ਸੀ ਈਵਨ ਰੰਧਾਵਾ ਜਿਹੜਾ ਇਹਨੇ ਵਿੱਚ ਮੈਂਸ਼ਨ ਕੀਤਾ ਹੋਊਗਾ ਇਹਦੇ ਵਿੱਚ ਗੁਰਬਚਨ ਸਿੰਘ ਰੰਧਾਵਾ ਜਿਹੜੀ ਰੋਮ ਓਲੰਪਿਕਸ ਦੇ ਵਿੱਚ ਇਹਨੇ ਕੰਪੀਟ ਕੀਤਾ ਉੱਥੇ ਉਹਨੇ ਡੈਕਾਥਲੋਂ ਕੁਝ ਇਹ ਹਾਈ ਕੁਝ ਇਹ ਫਾਈਨਲ ਚ ਕੰਪੀਟ ਕੀਤਾ ਉੱਥੇ ਵੀ ਇਹਨੇ ਆਪਣੇ ਗੁਰਬਚਨ ਸਿੰਘ ਰੰਧਾਵਾ ਨੇ ਤੇ ਇਹਦੀ ਗੁਰਬਚਨ ਸਿੰਘ ਰੰਧਾਵਾ ਦੀ ਸਟੇਟਮੈਂਟ ਹੈ ਵੀ ਮਿਲਖਾ ਸਿੰਘ ਜੇ 200 ਮੀਟਰ ਛੱਡ ਦਿੰਦਾ ਮੱਖਣ ਸਿੰਘ ਨਹੀਂ ਸੀਗਾ ਤਾਂ ਗੁਰਬਚਨ ਸਿੰਘ ਰੰਧਾਵਾ ਆਪ 200 ਮੀਟਰ ਕੰਪੀਟ ਕਰਨ ਲਈ ਤਿਆਰ ਸੀ ਤੇ ਮਿਲਖਾ ਸਿੰਘ ਨੇ ਇੱਥੇ ਜਿਹੜਾ ਸੀ ਮੱਖਣ ਸਿੰਘ ਦਾ ਕੈਰੀਅਰ ਬਲੌਕ ਕੀਤਾ ਤੇ ਇਹ ਕਈ ਵਾਰੀ ਆਪਣੇ ਜਿਹੜੇ ਸੁਪਰ ਸਟਾਰ ਹੁੰਦੇ ਆ ਉਹ ਆਊਟ ਆਫ ਈਗੋ ਜਾਂ ਇਸ ਤਰ੍ਹਾਂ ਦਾ ਕੁਝ ਕਰ ਦਿੰਦੇ ਆ ਪਰ ਉਹ ਜਿੱਥੇ ਫਿਰ ਇਹਦੇ ਨਾਲ ਵੀ ਬੜਾ ਚਲੋ ਆਪਾਂ ਤਾਂ ਇਹ ਗੱਲ ਕਹਿ ਦਿੰਦੇ ਆ ਕਿ ਮਿਲਖਾ ਸਿੰਘ ਵੀ 400 ਮੀਟਰ ਚ ਮੈਡਲ ਲੈ ਕੇ ਆਉਂਦਾ ਤੇ 200 ਮੀਟਰ ਚ ਮੱਖਣ ਸਿੰਘ ਲੈ ਕੇ ਆਉਂਦਾ ਤਾਂ ਅਥਲੈਟਿਕਸ ਬਹੁਤ ਵੱਡੀ ਅਚੀਵਮੈਂਟ ਹੋਣੀ ਸੀ ਪਰ ਜਿਵੇਂ ਆਪਾਂ ਕਹਿ ਦਿੰਦੇ ਆ ਕਿ ਕੁਝ ਪਰਸਨੈਲਿਟੀ ਦੀਆਂ ਵੀਕਨੈਸਿਸ ਇਸ ਤਰ੍ਹਾਂ ਆਪਾਂ ਨੂੰ ਖਰਾਬ ਕਰ ਜਾਂਦੀਆਂ ਨੇ ਮੱਖਣ ਸਿੰਘ ਦਾ ਇਹ ਬਹੁਤ ਇਹਦਾ ਵਿਚਾਰੇ ਦਾ ਬਾਅਦ ਚ ਮਾੜਾ ਅੰਤ ਹੋਇਆ ਔਰ ਪਾਰਲੀਮੈਂਟ ਨੇ ਕੁਐਸਚਨ ਵੀ ਰੇਜ਼ ਹੋਇਆ ਇਹਦੇ ਪਤਾ ਨਹੀਂ ਇਹ ਆਪ ਸੀ ਜਾਂ ਇਹਦੇ ਵਾਈਫ ਸੀਗੇ ਉਹਨਾਂ ਨੂੰ ਕਹਿੰਦੇ ਸੀ ਇਹਨਾਂ ਨੂੰ ਕੋਈ ਪੈਨਸ਼ਨ ਨਹੀਂ ਲਗਾ ਦੋ ਜਿੰਨਾ ਕੁ ਟਾਈਮ ਜਿਉਂਦੇ ਨੇ ਆਪਣਾ ਅੰਤਿਮ ਸਮਾਂ ਦਾ ਠੀਕ ਬਤਾ ਲੈਣ ਤੋ ਇੱਕ ਪੰਜਾਬ ਬਿਕੇਮ ਦਾ ਫਸਟ ਸਟੇਟ ਟੂ ਅਪਰੂਵ ਟਿਸ਼ੂ ਕਲਚਰ ਬੇਸ ਸੀਟ ਪਟੈਟੋ ਰੂਲਸ ਤੋ ਪੰਜਾਬ ਨੇ ਟਿਸ਼ੂ ਕਲਚਰ ਜਿਹੜਾ ਹੁੰਦਾ ਇਹ ਆਪਾਂ ਨੂੰ ਪਤਾ ਹੋਣਾ ਚਾਹੀਦਾ ਪਹਿਲੀ ਗੱਲ ਤਾਂ ਟਿਸ਼ੂ ਕਲਚਰ ਕੀ ਆ ਅਸੀਂ ਕੀ ਕਰਦੇ ਹਾਂ ਟਿਸ਼ੂ ਕਲਚਰ ਦੇ ਵਿੱਚ ਇੱਕ ਈਕੋ ਸਿਸਟਮ ਬਣਾਉਂਦੇ ਹਾਂ ਜਿਹਦੇ ਵਿੱਚ ਅਸੀਂ ਪਲਾਂਟਸ ਨੂੰ ਪੈਦਾ ਕਰਕੇ ਸੀਡ ਪੈਦਾ ਕਰਦੇ ਹਾਂ ਚਰਨਜੀਤ ਸਿੰਘ ਚੰਨੀ ਨੇ ਟਿਸ਼ੂ ਕਲਚਰ ਬੇਸ ਸੀਡ ਪਟੈਟੋ ਰੂਲਸ 2021 ਆ ਜਿਹੜੇ ਇਹ ਅਪਰੂਵ ਕੀਤਾ ਟੂ ਡਿਵੈਲਪ ਪੰਜਾਬ ਐਜ਼ ਅ ਸਟੈਂਡਰਡ ਪਟੈਟੋ ਸੀਡ ਸੈਂਟਰ ਤਾਂ ਜੋ ਪੰਜਾਬ ਨੂੰ ਸਟੈਂਡਰਡ ਪਟੈਟੋ ਸੀਡ ਸੈਂਟਰ ਬਣਾਇਆ ਜਾ ਸਕੇ ਤੋ ਇਹ ਇੱਕ ਬੜਾ ਵੈਲਕਮ ਸਟੈਪ ਹੈ ਕੈਬਨਿਟ ਨੇ ਕੈਬਨਿਟ ਆਲਸੋ ਅਪਰੂਵ ਟੂ ਇੰਟਰੋਡਿਊਸ ਪੰਜਾਬ ਹਾਰਟੀਕਲਚਰ ਨਰਸਰੀ ਬਿਲਸ 2021 ਤੇ ਪੰਜਾਬ ਫਰੂਟ ਨਰਸਰੀ ਐਕਟ 1961 ਤੋ ਇਹ ਵੀ ਇਹਨਾਂ ਨੇ ਕੀਤਾ ਪੰਜਾਬ ਗਵਰਨਮੈਂਟ ਦਾ ਬਹੁਤ ਵਧੀਆ ਸਟੈਪ ਹੈ